ਜੀ ਦਿਖਾਵਾ ਦੇ ਨਾਲ ਰਾਤ ਅੱਜ ਅਸੀਂ ਤੁਹਾਨੂੰ ਇੱਕ ਨਵਾਂ ਟ੍ਰੇਨ ਐਕਸ਼ਨ ਦਿਖਾਉਂਦੇ ਹਾਂ ਸੰਨਾਬਾਦ ਰੇਲਵੇ ਸਟੇਸ਼ਨ ਤੋਂ ਜੀ 49001 ਦੇ ਨਾਲ 41 ਨਾਲ ਪ੍ਰੋਗਰਾਮ ਐਕਸਪ੍ਰੈਸ ਆ ਰਹੀ ਹੈ ਜਿਹੜੀ ਦਿਖਾਵਾ ਦੇ ਨਾਲ ਰਾਤ 6 ਘੰਟੇ ਲੇਟ ਆ ਕਿਉਂਕਿ ਬਰਸਾਤ ਮੌਨਸੂਨ ਦੇ ਮੌਸਮ ਦੀ ਵਜ੍ਹਾ ਤੋਂ ਕਰਾਚੀਓ ਸਾਰੀਆਂ ਟ੍ਰੇਨਾਂ ਲੇਟ ਆ ਰਹੀਆਂ ਤੁਸੀਂ ਮੇਰੇ ਪਿੱਛੇ ਬਿਲਡਿੰਗ ਦੇਖ ਸਕਦੇ ਹੋ ਸੰਨਾਬਾਦ ਰੇਲਵੇ ਸਟੇਸ਼ਨ ਦੀ ਭੂਤ ਬੰਗਲਾ ਬਿਲਡਿੰਗ ਇੱਥੇ ਹੁਣ ਭੂਤ ਹੀ ਰਹਿੰਦੇ ਆ ਹੋਰ ਤਾਂ ਹੁੰਦੀ ਰਹਿੰਦਾ ਚਲੋ ਤੁਹਾਨੂੰ ਟ੍ਰੇਨ ਐਕਸ਼ਨ ਦਿਖਾਉਂਦੇ ਹਾਂ 41 ਨਾਲ ਪ੍ਰੋਗਰਾਮ ਐਕਸਪ੍ਰੈਸ ਉਹ ਸਾਹਮਣੇ ਉਹ ਟ੍ਰੇਨ ਆ ਰਹੀ ਹੈ ਜੀ ਠੀਕ ਆ ਅਤੇ ਇਸ ਬੰਦੇ ਨੂੰ ਪਤਾ ਨਹੀਂ ਕਿਹੜੀ ਕਾਲੀ ਹੈ ਕਿਹੜਾ ਇੱਥੋਂ ਮੋਟਰਸਾਈਕਲ ਹੁਣ ਇੱਥੋਂ ਪਟੜੀ ਤੋਂ ਪਾਰ ਕਰਨ ਲੱਗਾ ਹੱਦ ਯਾਰ ਕਸਮੇ ਇਹਨਾਂ ਚਾਹਲਾ ਤੇ ਬੰਦਾ ਨੂੰ ਲੰਮਿਆਂ ਪਾ ਕੇ ਪਾਂਝਾ ਲਾਵੇ ਇਹਨਾਂ ਦੇ ਉੱਥੋਂ 2 ਮਿੰਟ ਰੁਕ ਜਾ ਪਤਾ ਨਹੀਂ ਕਿਹੜੀ ਤੇਰੇ ਕੀੜਾ ਵੜਿਆ ਹੋਇਆ ਸੰਨਾਬਾਦ ਕਾਲਜ ਰੋਡ ਇਸ ਰੋਡ 'ਤੇ ਸਿਰਫ ਕਾਲਜ ਹੀ ਬਣੇ ਹੋਏ ਆ ਜੀ ਹਰ ਤਰ੍ਹਾਂ ਦੇ ਟੈਕਨੀਕਲ ਹਰ ਤਰ੍ਹਾਂ ਦੇ ਕਾਲਜ ਜੀ ਦਿਖਾਵਾ ਦੇ ਨਾਲ ਰਾਤ ਸਾਹਮਣੇ GA40 ਆ ਰਿਹਾ ਜੀ 9001 41 ਨਾਲ ਕਰਾਕਰਮ ਐਕਸਪ੍ਰੈਸ ਡੇਟ 6 ਘੰਟੇ ਆ ਤਰੀਕ ਅੱਜ ਹੈਗੀ ਆ ਜੀ 2 ਤਰੀਕ 2 ਅਗਸਤ 2022 ਸਾਹਮਣੇ ਤੁਸੀਂ ਦੇਖ ਰਹੇ ਹਾਂ 41 ਨਾਲ ਕਰਾਕਰਮ ਐਕਸਪ੍ਰੈਸ ਪਾਸ ਹੋਊਗੀ ਸੰਨਾਬਾਦ ਰੇਲਵੇ ਸਟੇਸ਼ਨ 'ਤੇ ਤੁਸੀਂ ਉਹ ਬੰਦੇ ਦੇਖੇ ਹੋਣੇ ਆ ਜਿਹੜੇ ਚਵਲਾਂ ਮਾਰਨ ਦੇ ਜਿਹਦੇ ਨਾਲ ਨੇ ਤੁਸੀਂ ਦੇਖਿਆ 41 ਨਾਲ ਕਰਾਕਰਮ ਐਕਸਪ੍ਰੈਸ ਦਾ ਟ੍ਰੇਨ ਐਕਸ਼ਨ ਇਹਦੇ ਨਾਲ ਮੈਨੂੰ ਰਾਸ਼ਦ ਸੈਨ ਨੂੰ ਦਿਓ ਇਜਾਜ਼ਤ ਫਿਰ ਨਵੀਂ ਵੀਡੀਓ ਨਾਲ ਮਿਲਾਂਗੇ ਅੱਲਾ ਹਾਫਿਜ਼।